ਸਤਿ ਸ਼੍ਰੀ ਅਕਾਲ ਜੀ, ਆਈ ਐਮ ਡਾਕਟਰ ਪਰਮਜੀਤ ਸਿੰਘ ਕਾਲੋਂ ਫਰੋਮ ਅਮਰਦੀਪ ਗਰੁੱਪ ਆਫ ਹਸਪੀਟਲਸ। ਅੱਜ ਅਸੀਂ ਗੱਲ ਕਰਾਂਗੇ ਅਪੈਂਡਿਕਸ ਬਾਰੇ। ਸਭ ਤੋਂ ਪਹਿਲਾਂ ਕਿ ਅਪੈਂਡਿਕਸ ਹੁੰਦਾ ਕੀ ਹੈ? ਅਪੈਂਡਿਕਸ ਇੱਕ ਟਿਊਬ ਲਾਈਕ ਛੋਟਾ ਜਿਹਾ ਔਰਗਨ ਹੁੰਦਾ ਜਿਹੜੇ ਸਾਡੀ ਪੇਟ ਦੇ ਵਿੱਚ ਲਾਰਜ ਇੰਟਸਟਾਈਨ ਦੇ ਨਾਲ ਅਟੈਚ ਹੁੰਦਾ। ਇਹ ਆਮ ਤੌਰ 'ਤੇ ਅਰਾਊਂਡ 2 ਇੰਚ ਦੇ ਆਸ ਪਾਸ ਹੁੰਦਾ, ਪਰ ਡਿਪੈਂਡ ਔਨ ਪੇਸ਼ੈਂਟ ਟੂ ਪੇਸ਼ੈਂਟ, ਕਈਆਂ ਦੇ ਵਿੱਚ 1 ਸੈਂਟੀਮੀਟਰ ਤੱਕ ਦਾ ਵੀ ਹੋ ਸਕਦਾ, ਐਂਡ ਇਟ ਕੈਨ ਬੀ ਅਪ ਟੂ 4 ਇੰਚਿਸ ਆਲਸੋ। ਜਦੋਂ ਇਸ ਅਪੈਂਡਿਕਸ ਦੀ ਇਨਫਲਾਮੇਸ਼ਨ ਜਾਂ ਇਨਫੈਕਸ਼ਨ ਹੋ ਜਾਂਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਕਿ ਅਪੈਂਡੀਸਾਈਟਿਸ ਹੋ ਗਿਆ ਜਾਂ ਅਕਿਊਟ ਅਟੈਕ ਆਫ ਅਪੈਂਡੀਸਾਈਟਿਸ ਅਸੀਂ ਇਹਨੂੰ ਕਹਿੰਦੇ ਹਾਂ। ਇਹ ਅਪੈਂਡੀਸਾਈਟਿਸ ਹੁੰਦੀ ਕਿਉਂ ਹੈ? ਇਹ ਆਮ ਤੌਰ 'ਤੇ ਜਿਹੜਾ ਇਹਦਾ ਲਿਊਮਨ ਹੈ, ਜਿਹੜੀ ਛੋਟੀ, ਕਿਉਂਕਿ ਟਿਊਬ ਮੈਂ ਦੱਸਿਆ, ਜਿਹੜਾ ਲਿਊਮਨ ਹੈ ਅੰਦਰ ਵਾਲੀ ਜਿਹੜੀ ਓਪਨਿੰਗ ਹੈ, ਉਹ ਕਿਸੇ ਕਾਰਨ ਕਰਕੇ ਬਲੋਕ ਹੋ ਜਾਂਦੀ ਹੈ, ਉਹਦੇ ਅੰਦਰ ਸਿਕ੍ਰੀਸ਼ਨਸ ਇਕੱਠੀਆਂ ਹੋ ਜਾਂਦੀਆਂ, ਇਹਨਾਂ ਦੀ ਇਨਫਲਾਮੇਸ਼ਨ ਐਂਡ ਇਨਫੈਕਸ਼ਨ ਹੋ ਜਾਂਦੀ ਹੈ। ਜਿਹੜਾ ਇਹ ਓਬਸਟ੍ਰਕਸ਼ਨ ਹੈ, ਇਹ ਫੂਡ ਪਾਰਟੀਕਲ ਦੇ ਨਾਲ ਵੀ ਓਬਸਟ੍ਰਕਟ ਹੋ ਸਕਦੀ ਹੈ, ਬੱਚਿਆਂ ਦੇ ਵਿੱਚ ਕਈ ਵਾਰੀ ਜਿਹੜੇ ਪੇਟ ਦੇ ਕੀੜੇ ਹੁੰਦੇ ਨੇ ਉਹਨਾਂ ਦੇ ਨਾਲ ਵੀ ਓਬਸਟ੍ਰਕਸ਼ਨ ਹੋ ਸਕਦੀ ਹੈ। ਬਹੁਤ ਰੇਅਰਲੀ ਟਿਊਮਰਸ ਹੋਣਗੇ, ਟਿਊਮਰਸ ਦੇ ਨਾਲ ਵੀ ਓਬਸਟ੍ਰਕਸ਼ਨ ਹੋ ਸਕਦੀ ਹੈ। ਲਿੰਫ ਨੋਡਸ, ਜਿਹੜੇ ਲਿੰਫੋਇਡ ਦੇ ਅੰਦਰ ਲਿੰਫ ਨੋਡਸ ਹੁੰਦੇ ਨੇ, ਉਹ ਕਈ ਵਾਰੀ ਵੱਡੇ ਹੋ ਜਾਂਦੇ ਨੇ, ਉਹਦੇ ਲਿਊਮਨ ਨੂੰ ਓਬਸਟ੍ਰਕਟ ਕਰ ਸਕਦੇ ਨੇ, ਅਤੇ ਇਹ ਸਾਰੇ ਕੋਜ਼ਸ ਕਰਕੇ ਉਹਦੀ ਓਬਸਟ੍ਰਕਸ਼ਨ ਕਰਕੇ ਜਿਹੜਾ ਅਪੈਂਡੀਸਾਈਟਿਸ ਹੋ ਸਕਦੀ ਹੈ। ਇਹਦੇ 'ਚ ਜਿਹੜਾ ਪੇਸ਼ੈਂਟ ਹੈ, ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਜਿਹੜਾ ਸਿਮਟਮ ਹੈ ਉਹ ਹੈਗਾ ਪੇਨ। ਪੇਨ ਕਾਫੀ ਵਾਰੀ ਅਬਲਾਈਕਸ ਦੇ ਅਬਡੋਮਨ ਦੇ ਸੈਂਟਰ 'ਚ ਸਟਾਰਟ ਹੁੰਦੀ ਹੈ, ਪਰ ਥੋੜ੍ਹੀ ਦੇਰ ਬਾਅਦ ਇਹ ਲੋਕਲਾਈਜ਼ ਹੋ ਜਾਂਦੀ ਹੈ ਰਾਈਟ ਸਾਈਡ ਆਫ ਦੀ ਅਬਡੋਮਨ ਦੇ ਵਿੱਚ। ਪੇਟ ਦੇ ਸੱਜੇ ਪਾਸੇ, ਨੀਚੇ ਵਾਲੇ ਪਾਸੇ ਸੀਵੀਅਰ ਪੇਨ ਹੋਏਗੀ, ਉਹਦੇ ਨਾਲ ਨੋਜ਼ੀਆ ਹੋ ਸਕਦਾ ਹੈ, ਵੋਮਿਟਿੰਗ ਹੋ ਸਕਦੀ ਹੈ, ਫੀਵਰ ਆਮ ਤੌਰ 'ਤੇ ਲੋ ਗ੍ਰੇਡ ਹੁੰਦਾ, ਪਰ ਜੇ ਉੱਥੇ ਇਨਫੈਕਸ਼ਨ ਜ਼ਿਆਦਾ ਹੋਏ ਤਾਂ ਹਾਈ ਗ੍ਰੇਡ ਫੀਵਰ ਵੀ ਇਹਦੇ ਵਿੱਚ ਹੋ ਸਕਦਾ ਹੈ। ਜਿਹੜਾ ਇਹ ਪੇਨ ਹੈ, ਇਹ ਲੈਗ ਦੀ ਮੂਵਮੈਂਟ ਨਾਲ, ਚੱਲਣ ਦੇ ਨਾਲ, ਹੱਥ ਲਗਾਉਣ ਦੇ ਨਾਲ ਪੇਨ ਬਹੁਤ ਜ਼ਿਆਦਾ ਇਹ ਫੀਲ ਹੋਏਗੀ। ਇਸ ਤੋਂ ਬਾਅਦ ਨੇ ਇਹਦੀਆਂ ਜਿਹੜੀਆਂ ਕੰਪਲੀਕੇਸ਼ਨਸ ਨੇ, ਜੇ ਉੱਥੇ ਕੋਈ ਐਬਸਿਸ ਬਣ ਗਈ ਹੈ, ਉਹ ਬਲੱਡ ਦੇ ਥਰੂ ਲਿਵਰ 'ਚ ਟਰੈਵਲ ਕਰ ਸਕਦੀ ਹੈ, ਉਹਦੇ ਨਾਲ ਲਿਵਰ ਐਬਸਿਸ ਬਣ ਸਕਦੀਆਂ ਨੇ, ਜਾਂ ਬਲੱਡ ਦੇ ਵਿੱਚ ਇਨਫੈਕਸ਼ਨ ਫੈਲਣ ਦੇ ਨਾਲ ਬਾਕੀ ਔਰਗਨ ਵੀ, ਕਿਡਨੀਜ਼ ਵਗੈਰਾ ਵੀ ਸਾਰਾ ਕੁਝ ਇਨਵੋਲਵ ਹੋ ਸਕਦਾ। ਬਟ ਮੋਸਟਲੀ ਇਟਸ ਪੇਨ, ਫੀਵਰ ਐਂਡ ਨੋਜ਼ੀਆ, ਵੋਮਿਟਿੰਗ ਜਿਹੜਾ ਮੇਨ ਕਾਮਨ ਇਹਦਾ ਸਿਮਟਮ ਹੁੰਦਾ। ਇਹਨੂੰ ਅਸੀਂ ਡਾਇਗਨੋਸ ਕਿੱਦਾਂ ਕਰ ਸਕਦੇ ਹਾਂ? ਡਾਇਗਨੋਸ ਦੇ ਲਈ ਇੱਕ ਤਾਂ ਕਲੀਨਿਕਲੀ ਡਾਕਟਰ ਦੇਖ ਕੇ ਕਲੀਨਿਕਲ ਪਤਾ ਲੱਗ ਜਾਂਦਾ, ਦੈਨ ਕਨਫਰਮ ਹੁੰਦਾ ਡਾਇਗਨੋਸਿਸ। ਮੋਸਟਲੀ ਕੇਸਿਸ ਦੇ ਵਿੱਚ ਅਲਟਰਾਸਾਊਂਡ ਇਜ਼ ਸਫੀਸ਼ੀਐਂਟ, ਕਈ ਕੇਸਿਸ ਦੇ ਵਿੱਚ, ਡਾਊਟਫੁਲ ਕੇਸਿਸ ਦੇ ਵਿੱਚ, ਉਹ ਸਾਨੂੰ ਸੀਟੀ ਸਕੈਨ ਕਰਾਉਣਾ ਪੈ ਸਕਦਾ ਹੈਗਾ ਕਿ ਇਹਦਾ ਕਨਫਰਮ ਕਰਨ ਦੇ ਲਈ। ਕੁਛ ਬਲੱਡ ਟੈਸਟ ਹੁੰਦੇ ਨੇ, ਉਹ ਨਾਲ ਅਸੀਂ ਕਰਾਉਂਦੇ ਹਾਂ ਕਿ ਪਤਾ ਲੱਗ ਸਕੇ ਕਿ ਇਨਫੈਕਸ਼ਨ ਕਿੰਨੀ ਹੈ, ਐਂਡ ਇਸ ਤਰ੍ਹਾਂ ਅਸੀਂ ਡਾਇਗਨੋਸਿਸ ਇਹਦਾ ਬਣ ਸਕਦਾ। ਇਹਦਾ ਟ੍ਰੀਟਮੈਂਟ ਅਪੈਂਡੀਸਾਈਟਿਸ ਦਾ ਜਿਹੜਾ ਹੈਗਾ, ਦੈਟ ਇਜ਼ ਸਰਜਰੀ। ਅਪੈਂਡਿਕਸ ਦਾ ਓਪਰੇਸ਼ਨ, ਸਰਜਰੀ ਇੱਕ ਤਾਂ ਹੁੰਦਾ ਕਿ ਇਮੀਡੀਏਟ 48 ਆਵਰਸ ਦੇ ਵਿੱਚ ਵਿੱਚ ਇਹਦਾ ਓਪਰੇਟ ਕਰਵਾ ਲੈਣਾ ਚਾਹੀਦਾ ਹੈਗਾ, ਉਹਦੇ 'ਚ ਅਸੀਂ ਓਪਰੇਸ਼ਨ ਕਰਕੇ ਉਹ ਅਪੈਂਡਿਕਸ ਜਿਹੜਾ ਹੁੰਦਾ ਉਹ ਕੱਢਣਾ ਹੁੰਦਾ, ਕਿਉਂਕਿ ਉਸ ਤੋਂ ਬਾਅਦ ਜਿਹੜਾ ਉਸ ਏਰੀਆ ਦੇ ਵਿੱਚ ਇਨਫਲਾਮੇਸ਼ਨ ਹੋਣੀ ਸ਼ੁਰੂ ਹੋ ਜਾਂਦੀ, ਆਂਤੜੀਆਂ ਆ ਕੇ ਉੱਥੇ ਚਿਪਕਣੀਆਂ ਸ਼ੁਰੂ ਹੋ ਜਾਂਦੀਆਂ, ਉਸ ਤੋਂ ਬਾਅਦ ਓਪਰੇਸ਼ਨ ਮੁਸ਼ਕਿਲ ਹੋ ਜਾਂਦਾ। ਜੇ ਅਸੀਂ ਕਿਸੇ ਕਾਰਨ ਕਰਕੇ ਪਹਿਲਾਂ ਓਪਰੇਸ਼ਨ 48 hours to 72 hours ਦੇ ਵਿੱਚ ਨਹੀਂ ਕਰਾ ਸਕੇ, ਐਂਡ ਉੱਥੇ ਆਂਤੜੀਆਂ ਦਾ ਗੁੱਛਾ ਬਣ ਗਿਆ ਜਿਹਨੂੰ ਅਸੀਂ ਅਪੈਂਡੀਕੁਲਰ ਲੰਪ ਕਹਿੰਦੇ ਹਾਂ, ਜੇ ਉਹ ਬਣ ਗਿਆ ਤਾਂ ਫਿਰ ਓਪਰੇਸ਼ਨ ਉਸ ਵੇਲੇ ਨਹੀਂ ਹੋ ਸਕਦਾ ਹੁੰਦਾ, ਆਮ ਤੌਰ 'ਤੇ 4 to 6 weeks ਦੇ ਬਾਅਦ ਅਸੀਂ ਕਰਦੇ ਹਾਂ। ਉਸ ਲੰਪ ਦੇ ਦੌਰਾਨ ਅਸੀਂ ਪੇਸ਼ੈਂਟ ਨੂੰ ਐਡਮਿਟ ਕਰਕੇ 1-2 ਦਿਨ ਪਹਿਲਾਂ ਖਾਲੀ ਪੇਟ ਰੱਖਿਆ ਜਾਂਦਾ, IV ਐਂਟੀਬਾਇਟਿਕਸ ਦਿੱਤੇ ਜਾਂਦੇ ਆ, ਜਦੋਂ ਪੇਸ਼ੈਂਟ ਰਿਲੀਫ ਹੋ ਜਾਂਦਾ ਉਹਦੇ ਇਨਫੈਕਸ਼ਨ ਕਾਊਂਟਸ ਘੱਟ ਜਾਂਦੇ ਨੇ, ਅਤੇ ਫਿਰ ਪੇਸ਼ੈਂਟ ਨੂੰ ਘਰ ਭੇਜ ਦਿੱਤਾ ਜਾਂਦਾ, 4 to 6 weeks ਬਾਅਦ ਬੁਲਾ ਕੇ ਦੁਬਾਰਾ ਉਸਦਾ ਓਪਰੇਸ਼ਨ ਕੀਤਾ ਜਾ ਸਕਦਾ ਹੈ। ਕਈ ਵਾਰੀ ਇਹਦੇ ਜਿਹੜੇ ਸਿਮਟਮਸ ਨੇ ਇਹਦੇ ਜ਼ਿਆਦਾ ਹੋਣ ਕਰਕੇ ਪੇਟ ਦੇ ਵਿੱਚ ਜਿਹੜੀ ਪੈਲਵਿਕ ਐਬਸਿਸ ਬਣ ਸਕਦੀ ਹੈ, ਜੇ ਉਹ ਐਬਸਿਸ ਮਤਲਬ ਪਸ ਬਣ ਗਈ ਹੈ, ਤਾਂ ਉਹਨੂੰ ਪਸ ਨੂੰ ਡਰੇਨ ਕਰਨ ਦੇ ਲਈ ਵੀ ਓਪਰੇਸ਼ਨ ਕੁਛ ਕੇਸਿਸ ਦੇ ਵਿੱਚ ਕਰਨਾ ਪੈ ਸਕਦਾ। ਹੁਣ ਜਿਹੜਾ ਇਹਦਾ ਓਪਰੇਸ਼ਨ ਹੈ, ਅਗੇਨ ਜਿਹੜਾ ਮੋਸਟ ਕਾਮਨ ਐਂਡ ਰਿਕਮੈਂਡਡ ਇਜ਼ ਲੈਪਰੋਸਕੋਪਿਕ ਸਰਜਰੀ। ਛੋਟੇ ਛੋਟੇ 2-3 ਕੱਟ ਹੁੰਦੇ ਆ, ਉਹਦੇ ਨਾਲ ਅਸੀਂ ਅਪੈਂਡਿਕਸ ਨੂੰ ਰਿਮੂਵ ਕਰ ਸਕਦੇ ਹਾਂ, ਅਦਰਵਾਈਜ਼ ਓਪਨ ਸਰਜਰੀ ਵੀ ਕਰਵਾਈ ਜਾ ਸਕਦੀ ਹੈ। ਲੈਪਰੋਸਕੋਪਿਕ ਸਰਜਰੀ ਇਜ਼ ਪ੍ਰੈਫਰੇਬਲ, ਐਂਡ ਅਪੈਂਡਿਕਸ ਦਾ ਓਪਰੇਸ਼ਨ ਜਿਹੜਾ ਟੇਕ ਹੋਮ ਮੈਸੇਜ ਹੈ, ਅਪੈਂਡਿਕਸ ਦਾ ਓਪਰੇਸ਼ਨ ਜ਼ਰੂਰ ਕਰਾਉਣਾ ਚਾਹੀਦਾ, ਜਿਹਨੂੰ ਵੀ ਅਪੈਂਡਿਕਸ ਦਾ ਅਟੈਕ ਹੋਇਆ ਉਹਦਾ ਓਪਰੇਸ਼ਨ ਕਰਾਉਣਾ ਚਾਹੀਦਾ, ਕਿਉਂਕਿ ਜਿਹੜੀ ਕੰਪਲੀਕੇਸ਼ਨਸ ਨੇ ਅਪੈਂਡਿਕਸ ਦੀ, ਉੱਥੇ ਪਸ ਬਣ ਜਾਣੀ, ਜਾਂ ਜਿਹਨੂੰ ਅਸੀਂ ਕਹਿੰਦੇ ਅਪੈਂਡਿਕਸ ਫਟ ਜਾਂਦਾ ਹੈਗਾ, ਜੇ ਰਿਪੀਟਡ ਅਟੈਕਸ ਆਣਗੇ ਉਹਦੇ ਫਟਣ ਦੇ ਚਾਂਸਿਸ ਵੱਧ ਜਾਂਦੇ ਨੇ, ਐਂਡ ਔਰ ਉਹ ਜਿਹੜਾ ਕਿ ਬੜੇ ਸੀਵੀਅਰ ਦੀਆਂ ਸੀਰੀਅਸ ਕੰਪਲੀਕੇਸ਼ਨ ਹੋ ਸਕਦੀਆਂ। ਇਹਨਾਂ ਕੰਪਲੀਕੇਸ਼ਨ ਤੋਂ ਬਚਣ ਲਈ, ਜਦੋਂ ਕਨਫਰਮ ਹੋ ਜਾਏਗੀ ਅਪੈਂਡਿਕਸ ਦਾ ਹੀ ਪੇਨ ਹੈਗੀ, ਤਾਂ ਉਹਦਾ ਓਪਰੇਸ਼ਨ ਜ਼ਰੂਰ ਕਰਵਾਉਣਾ ਚਾਹੀਦਾ ਹੈਗਾ। ਕਦੋਂ ਕਰਾਉਣਾ, ਇਮੀਡੀਏਟ ਕਰਾਉਣਾ ਜਾਂ 4 ਹਫ਼ਤੇ ਬਾਅਦ ਕਰਾਉਣਾ, ਉਹ ਤੁਹਾਡੇ ਡਾਕਟਰ ਤੁਹਾਨੂੰ ਬੈਟਰ ਦੱਸ ਸਕਦੇ ਨੇ। ਥੈਂਕ ਯੂ।